हाँ जी सत श्री अकाल जी सारियां नूं ते स्वागत है तुहाडा अज एक होर वीडियो दे विच। ते अज दी जिहड़ी वीडियो आ इह कुछ खास लोकां लई आ, खास लोकां तों कहण दा भाव कि जिन्हां दे सिर तों बाल उड जांदे आ, जिहड़े लोक हेयर ट्रांसप्लांट कराउण बारे सोचदे आ। ते अज साडे वड्डे भाई ने हेयर ट्रांसप्लांट कराया सी ते उहनां दे नाल तुहानूं मिलाउने आ। ते जिन्ने वी मैनूं लगदा एक आम बंदे दे दिमाग च क्वेश्चन आउंदे आ हेयर ट्रांसप्लांट कराउण तों पहलां, ते मैनूं यकीन आ कि उह सारे क्वेश्चनां दा जवाब इस वीडियो दे विच तुहानूं मिल जाऊगा। ते बाकी मेरा बाई बन के होर कोई बंदा बेशक इस वीडियो नूं ना देखियो क्योंकि तुहाडा टाइम ही खराब होना। ते जिन्हां ने हेयर ट्रांसप्लांट कराना आ जां फिर जिन्हां दे बाल झड़दे आ उन्हां लई ये वीडियो काफ़ी लाभदायक हो सकती आ। ते आओ फिर चलदे आ। कोई गल नहीं है, जे थोड़ा जा टाइम होर वधा लांगे तां 6000 भी लग जाणगे, 7000 भी लग जाणगे। डिपेंड करदा है कि किन्नी रिक्वायरमेंट है, किन्नी आपां कढ़नी आ, ਕਿੰਨਾ ਆਪਣੇ ਕੋਲ ਪੇਸ਼ੈਂਸ ਲੈਵਲ ਹੈ। ਨਹੀਂ ਤਾਂ ਫਿਰ ਉਹਨੂੰ ਦੋ ਵਾਰ 'ਚ ਡਿਵਾਈਡ ਹੋ ਜਾਂਦਾ। ਜਿੱਦਾਂ 5 ਈਜ਼ੀ ਜਿਹੜੀਆਂ ਹੈਗੀਆਂ ਉਹ 5-6 ਹਜ਼ਾਰ ਰੂਟਸ ਹੈ ਇੱਕ ਦਿਨ 'ਚ ਲਗਾਉਣਾ। ਸਹੀ ਆ। ਉਸ ਤੋਂ ਬਾਅਦ ਜੇ ਹੋਰ ਜ਼ਿਆਦਾ ਰਿਕੁਆਇਰਮੈਂਟ ਆ ਉਹ ਅਗਲੇ ਦਿਨ ਹੋ ਜਾਂਦੀ ਹੈ, ਸਪਲਿਟ ਹੋ ਜਾਂਦੀ ਹੈ। ਬਟ ਜਿੰਨੇ ਬਾਲ ਆਪਾਂ ਪਹਿਲੇ ਦਿਨ ਜਿੰਨੇ ਕੱਢੇ ਅੱਧੇ ਦਿਨ 'ਚ, ਉਹ ਉਸੇ ਅੱਧੇ ਦਿਨ ਦੇ ਵਿੱਚ ਲੱਗਣਗੇ ਵੀ। ਉਹਨੂੰ ਅਗਲੇ ਦਿਨ ਨਹੀਂ ਰੱਖ ਸਕਦੇ ਕਿ ਵੀ ਉਹ ਕੱਢ ਕੇ ਰੱਖ ਲਓ, ਸਟੋਰ ਕਰ ਲਓ ਅਤੇ ਅਗਲੇ ਦਿਨ ਲਾਓ। ਉਹੀ ਹਿਸਾਬ ਜਿੱਦਾਂ ਵੀ ਮੰਨ ਲਓ ਕੋਈ ਪੌਦਾ ਆਪਾਂ ਪੱਟਿਆ ਤਾਂ ਉਹਨੂੰ ਜੇ ਵੱਟਿਆ ਤਾਂ ਦੂਜੀ ਜਗ੍ਹਾ ਲਾਉਣਾ ਤਾਂ ਉੱਜਣੇ ਲੱਗ ਜਾਵੇ ਤਾਂ ਵਧੀਆ, ਹੈ ਨਾ। ਹਾਂ ਉੱਦਣੇ ਆ, ਕਿਉਂਕਿ ਉਹਦੀ ਲਾਈਫ ਹੈ ਨਾ, ਜਿੰਨੀ ਜਲਦੀ ਉਹ ਸਰੀਰ 'ਚੋਂ ਬਾਹਰ ਨਿਕਲੀ ਰੂਟ ਅਤੇ ਜਿੰਨੀ ਜਲਦੀ ਉਹਦੇ ਵਿੱਚ ਦੁਬਾਰਾ ਪੈ ਗਈ ਉਹਦੀ ਉਨੀ ਅੱਛੀ ਲਾਈਫ ਹੈ। ਅਤੇ ਹੁਣ ਜਿੱਦਾਂ ਤੁਹਾਡੇ 15-16 ਦਿਨ ਹੋ ਗਏ ਸਰਜਰੀ ਹੋਈ ਨੂੰ, ਅਤੇ ਹੁਣ ਸੋਹਣੀ ਹਰਿਆਲੀ ਦਿਸਦੀ ਹੈ। ਮੈਂ ਕਹਿੰਦਾ ਇੱਕ ਵਾਰੀ ਮਾੜਾ ਜਿਹਾ ਹੈਡ ਅੱਗੇ ਨੂੰ ਕਰਕੇ ਦਿਖਾ ਦਿਓ। ਅਤੇ ਇਹ ਸਾਰਾ ਏਰੀਆ ਹੋਇਆ ਹੋਇਆ ਟ੍ਰਾਂਸਪਲਾਂਟ। ਠੀਕ ਆ ਜੀ। ਅਤੇ ਇਹ ਹੈ ਕਿ ਅੱਜ 16ਵਾਂ ਦਿਨ ਹੈ। ਯੂਜਲੀ ਬਹੁਤ ਸਾਰੇ ਲੋਕਾਂ ਦੇ ਸਵੈਲਿੰਗ ਆਉਂਦੀ ਹੈ ਸਰਜਰੀ ਕਰਨ ਤੋਂ ਬਾਅਦ, ਬਟ ਮੇਰੇ ਨਹੀਂ ਆਈ। ਸ਼ਾਇਦ ਬੀਇੰਗ ਅ ਡਾਕਟਰ ਸਾਨੂੰ ਪਤਾ ਕਿੱਦਾਂ ਪ੍ਰੀਕੋਸ਼ਨ ਰੱਖਣੀ ਆ, ਕਿੱਦਾਂ ਮਸਾਜ ਕਰਨੀ ਆ ਫੇਸ ਦੀ। ਬਟ ਹੋ ਸਕਦਾ ਕਿਸੇ 10 ਚੋਂ ਇੱਕ ਦੇ ਆਉਂਦੀ ਵੀ ਹੋਵੇ, ਉਹਨੂੰ ਅਵੋਇਡ ਮਸਾਜ ਨਾਲ ਹੀ ਕੀਤਾ ਜਾ ਸਕਦਾ ਜੇ ਆਪਾਂ ਫੇਸ਼ੀਅਲ ਮਸਾਜ ਕਰਦੇ ਰਹੀਏ। ਅਤੇ ਯੂਜਲੀ ਲੋਕ ਡਰਦੇ ਆ ਹੱਥ ਲਾਉਣ ਲਈ ਵੀ, ਜੇ ਇੱਥੇ ਟ੍ਰਾਂਸਪਲਾਂਟ ਕੀਤਾ ਹੱਥ ਨਹੀਂ ਲਾਉਣਾ। ਮੈਂ ਤਾਂ ਦੂਸਰੇ ਤੀਸਰੇ ਦਿਨ ਸਟਾਰਟ ਕਰ ਲਿਆ ਸੀਗਾ, ਅਤੇ 5ਵੇਂ 6ਵੇਂ ਦਿਨ ਤੱਕ ਜਾਂਦੇ ਜਾਂਦੇ ਜਿੰਨੇ ਕਰੀਨ ਆਉਂਦੇ ਆ ਉਹ ਸਾਰੇ ਉਤਰ ਗਏ ਸੀਗੇ। ਅਤੇ ਹਜੇ ਤੱਕ ਤਾਂ ਬਾਲ ਝੜਨੇ ਵੀ ਨਹੀਂ ਸ਼ੁਰੂ ਹੋਏ। ਇੱਕ ਵਾਰੀ ਝੜੂਗੇ ਸਾਰੇ ਜਿੰਨੇ ਆਏ ਆ? ਆਈਡਲੀ ਝੜਨੇ ਚਾਹੀਦੇ ਆ, ਬਟ ਹੁਣ ਇਹ ਐਕਸਪੈਰੀਮੈਂਟ ਮੈਂ ਆਪਣੇ ਆਪ 'ਤੇ ਕੀਤਾ, ਹੁਣ ਦੇਖਦੇ ਹਾਂ। ਅੱਜ 16ਵਾਂ ਦਿਨ ਆ, ਹਜੇ ਤੱਕ ਤਾਂ ਨਹੀਂ ਝੜੇ। ਮਤਲਬ ਜੇ ਕੋਈ ਬੰਦਾ ਹੇਅਰ ਟ੍ਰਾਂਸਪਲਾਂਟ ਕਰਾਉਂਦਾ ਚਾਹੇ ਕਿਤੇ ਉਹ ਵੀ ਕਰਾਉਂਦਾ, ਜੇ ਉਹਦੇ ਇੱਕ ਵਾਰੀ ਝੜਦੇ ਵੀ ਆ ਤਾਂ ਉਹਨੂੰ ਮਤਲਬ ਭਰਾਉਣ ਵਾਲੀ ਲੋੜ ਨਹੀਂ ਹੈਗੀ? ਉਹ ਆਈਡੀਅਲ ਸਾਇੰਟੀਫਿਕ ਪ੍ਰੋਸੈਸ ਹੈ, ਉਹ ਦੁਬਾਰਾ ਆਉਣਗੇ ਆਉਣਗੇ, ਇੱਕ ਵਾਰ ਝੜ ਕੇ ਦੁਬਾਰਾ ਆਉਣਗੇ। ਝੜਨੇ ਚਾਹੀਦੇ ਆ ਵੈਸੇ, ਔਰ ਜਨਰਲੀ ਝੜਦੇ ਆ। ਠੀਕ ਆ। ਅਤੇ ਸਰ ਇੱਕ ਚੀਜ਼ ਹੋਰ ਦੱਸੋ, ਜਿਹੜਾ ਹੇਅਰ ਟ੍ਰਾਂਸਪਲਾਂਟ ਹੈ ਕਿਹੜੀ ਕਿਹੜੀ ਤਕਨੀਕ ਦੇ ਨਾਲ ਹੋ ਜਾਂਦਾ? ਅੱਜ ਕੱਲ੍ਹ ਤਾਂ FUE ਚੱਲਦੀ ਹੈ,
ਤੇ ਇਸ ਤੋਂ ਪਹਿਲਾਂ ਜਿਹੜੀ ਚੱਲਦੀ ਪਹਿਲਾਂ FUT ਹੁੰਦੀ ਸੀ ਉਸ ਚ ਟਾਂਕੇ ਲੱਗਦੇ ਸੀਗੇ ਸਟ੍ਰਿਪ ਨਿਕਲਦੀ ਸੀ ਠੀਕ ਹੈ ਜੀ ਜਿਹੜੀ ਟੈਕਨੀਕ ਹੈ ਜਿਹਨੂੰ FUE ਕਹਿੰਦੇ ਆ ਇਹ ਹੈਗੀ ਆ ਇਕੱਲੇ ਇਕੱਲੇ ਵਾਲ ਕੱਢ ਕੇ ਇਕੱਲਾ ਇਕੱਲਾ ਰੂਟ ਲਗਾਉਣਾ ਇਕੱਲੀ ਇਕੱਲੀ ਰੂਟ ਕੱਢਣੀ ਤੇ ਇਕੱਲੀ ਇਕੱਲੀ ਰੂਟ ਲਗਾਉਣੀ ਜਦ ਚ ਤੇ ਇੱਕ ਚੀਜ਼ ਹੋਰ ਉਸ ਦਿਨ ਆਪਾਂ ਸਰਜਰੀ ਵਾਲੇ ਦਿਨ ਵੀ ਆਪਾਂ ਇਹ ਡਿਸਕਸ ਕਰਦੇ ਸੀਗੇ ਕਿ ਜਿੱਦਾਂ ਹੁਣ ਜਿਹੜੇ ਕਈ ਲੋਕੀ ਕਹਿ ਦਿੰਦੇ ਕਿ ਰਿਜ਼ਲਟ ਨਹੀਂ ਮਿਲਿਆ ਹਨਾ ਤੇ ਉਹਦੇ ਰਿਜ਼ਲਟ ਨਹੀਂ ਮਿਲਿਆ ਉਹ ਮੇਨ ਕੋਈ ਕਾਰਨ ਨਾਲ ਰਿਜ਼ਲਟ ਮਿਲਦਾ ਕੇਸ ਸਿਲੈਕਸ਼ਨ ਨਹੀਂ ਹੁੰਦਾ ਯਾਰ ਕੇਸ ਸਿਲੈਕਸ਼ਨ ਚ ਦੋ ਤਿੰਨ ਚੀਜ਼ਾਂ ਦਾ ਖਿਆਲ ਰੱਖਣਾ ਹੁੰਦਾ ਇੱਕ ਕਿ ਵੀ ਆਪਾਂ ਨੂੰ ਰਿਕੁਆਇਰਮੈਂਟ ਕਿੰਨੀ ਆ ਸਪੋਜ਼ ਇੱਕ ਪੇਸ਼ੈਂਟ ਨੂੰ ਰਿਕੁਆਇਰਮੈਂਟ ਹੈਗੀ ਹੈ 8000 ਰੂਟ ਦੀ ਬਟ ਉਹਦੇ ਸਿਰ ਚੋਂ ਨਿਕਲਣੀ ਹੈ 4000 ਤੇ ਹੁਣ 4000 8000 ਦੀ ਕਮੀ ਤਾਂ ਨਹੀਂ ਪੂਰੀ ਕਰ ਪਾਊਗਾ ਫਿਰ ਕਈ ਵਾਰ ਕੀ ਹੁੰਦਾ ਪੇਸ਼ੈਂਟ ਡਾਕਟਰ ਨੂੰ ਫੋਰਸ ਕਰਨ ਲੱਗ ਜਾਂਦਾ ਹੈ ਕਿ ਵੀ ਮੈਂ ਮੈਨੂੰ ਤਾਂ ਫਲਾਣੇ ਡਾਕਟਰ ਨੇ ਕਿਹਾ ਮੈਨੂੰ ਫਲਾਣੇ ਕਲੀਨਿਕ ਨੇ ਕਿਹਾ ਕਿ ਵੀ ਮੈਂ ਸਾਰਾ ਸਿਰ ਕਰ ਦੂੰਗਾ ਉਹ ਫਿਰ ਉਹ ਧੱਕਾ ਕਰਨ ਲੱਗ ਜਾਂਦਾ ਜੇ ਡਾਕਟਰ ਸਹੀ ਕੰਮ ਕਰਨਾ ਵੀ ਚਾਹੂ ਫਿਰ ਉਹਨੂੰ ਮਜਬੂਰਨ ਕਰਨਾ ਪੈ ਜਾਂਦਾ ਕਿ ਵੀ ਯਾਰ ਮੈਂ 4000 ਰੂਟ ਉਹਨੇ ਫਿਲਾ ਫਿਲਾ ਕੇ ਸਾਰੇ ਸਿਰ ਤੇ ਲਾ ਦਿੰਦਾ ਮੋਸਟਲੀ ਇੰਡੀਆ ਇਸੇ ਗੱਲੋਂ ਤਾਂ ਮਸ਼ਹੂਰ ਆ ਵੀ ਡਾਕਟਰ ਤੋਂ ਜੋ ਮਰਜ਼ੀ ਕਹਿ ਕੇ ਕਰਨਾ ਕਹਿ ਕੇ ਕਰਵਾ ਲਓ ਤੇ ਇੱਕ ਇਹ ਆ ਦੂਸਰਾ ਕੇਸ ਸਿਲੈਕਸ਼ਨ ਦੇ ਵਿੱਚ ਜੇ ਰੂਟਸ ਕਮਜ਼ੋਰ ਹੈ ਤਾਂ ਫਿਰ ਨਹੀਂ ਕਰਵਾਉਣਾ ਚਾਹੀਦਾ ਪਹਿਲਾਂ ਹੀ ਚੈੱਕ ਕਰਵਾ ਲਓ ਡਾਕਟਰ ਤੋਂ ਕਿ ਰੂਟ ਸਹੀ ਹੈ ਜੇ ਤਾਂ ਇੱਕ ਰੂਟ ਦੇ ਵਿੱਚ ਸਿੰਗਲ ਸਿੰਗਲ ਬਾਲ ਹੈ ਫਿਰ ਤਾਂ ਨਹੀਂ ਕਰਾਉਣੇ ਚਾਹੀਦੇ ਜੇ ਆਪਣੀ ਇੱਕ ਰੂਟ ਦੇ ਵਿੱਚ ਦੋ ਤਿੰਨ ਬਾਲ ਹੈਗੇ ਆ ਫਿਰ ਉਹ ਹੈਲਦੀ ਰੂਟਸ ਮੰਨੀਆਂ ਜਾਂਦੀਆਂ ਉਹ ਕਰਵਾ ਲੈਣਾ ਚਾਹੀਦਾ ਇੱਕ ਚੀਜ਼ ਹੋਰ ਜਿਹੜੇ ਜਿੱਥੋਂ ਜਿਹੜੇ ਜਿੱਦਾਂ ਹੁਣ ਤੁਹਾਡੇ ਹੈ ਆਪਾਂ ਸਿਰ ਚੋਂ ਹੀ ਬਾਲ ਲੈਂਦੇ ਹਾਂ ਹਨਾ ਜਿਹੜੇ ਬਾਲ ਆਪਾਂ ਕੱਟਦੇ ਹਾਂ ਉਹ ਵਾਪਸ ਆ ਜਾਂਦੇ ਜਾਂ ਕਿੰਨੇ ਪਰਸੈਂਟ ਤੱਕ ਵਾਪਸ ਆਉਂਦੇ ਨਹੀਂ ਉਹ ਇਦਾਂ ਹੁੰਦਾ ਨਾ ਉਹ ਜਿਹੜੇ ਬਾਲ ਕੱਢੀਦੇ ਉਹ ਨਹੀਂ ਵਾਪਸ ਆਉਂਦੇ ਉਹ ਕੱਢੀਦੇ ਹੀ ਵਿੱਚੋਂ ਵਿੱਚੋਂ ਹਨਾ ਜਿੱਦਾਂ ਦੋ ਬਾਲ ਤਿੰਨ ਬਾਲ ਦੇ ਵਿੱਚੋਂ ਇੱਕ ਬਾਲ ਕੱਢਣਾ ਸਹੀ ਆ ਉਹ ਫਿਰ ਜਦੋਂ ਬਾਕੀ ਦੋਨੋਂ ਬਾਲ ਵੱਡੇ ਹੁੰਦੇ ਆ ਉਹ ਤੀਜੀ ਦੀ ਜਗ੍ਹਾ ਕਵਰ ਕਰ ਲੈਂਦੇ ਫਿਰ ਉਹ ਮਤਲਬ ਬਹੁਤ ਸਾਰੇ ਇਦਾਂ ਦੇ ਕੁਐਸਚਨ ਵੀ ਆਉਂਦੇ ਆ ਇਦਾਂ ਦੀਆਂ ਗੱਲਾਂ ਹੁੰਦੀਆਂ ਕਿ ਉਹ ਮੈਂ ਬੰਦੇ ਨੇ ਫਲਾਣੇ ਨੇ ਟ੍ਰਾਂਸਪਲਾਂਟ ਕਰਾਇਆ ਸੀ ਜੀ ਉਹ ਪਿੱਛੋਂ ਇੱਥੇ ਉਹਦੇ ਪੈਚ ਅਪ ਜਿਹਾ ਬਣਿਆ ਰਹਿ ਗਿਆ ਹਨਾ ਉਹ ਫਿਰ ਮਤਲਬ ਉਹ ਪੁਰਾਣੀ ਤਕਨੀਕ ਦੇ ਨਾਲ ਜਿਹੜੇ ਕੱਢਦੇ ਹੁੰਦੇ ਉਹ ਨਹੀਂ ਉਹ ਜਿਹੜੇ ਪੈਚ ਬੰਦੇ ਸੀਗੇ ਉਹਦੇ ਨਾਲ ਤਾਂ ਬੰਦਾ ਹੀ ਸੀਗਾ ਜਿਹੜੀ ਪੁਰਾਣੀ ਟੈਕਨੀਕ ਸੀ ਹੁਣ ਵੀ ਕਈ ਵਾਰ ਬਣ ਜਾਂਦਾ ਪੈਚ ਉਹਦਾ ਰੀਜ਼ਨ ਇਹ ਹੁੰਦਾਗਾ ਕਿ ਵੀ ਜਦੋਂ ਰੂਟਸ ਬਹੁਤ ਕੋਲੋ ਕੋਲੋ ਕੱਢੀਆਂ ਹੋਣ ਜੇ ਥੋੜ੍ਹਾ ਜਿਹਾ ਦੋ ਤਿੰਨ ਬਾਲ ਛੱਡ ਕੇ ਕੱਢੀਆਂ ਹੁਣ ਫਿਰ ਪੈਚ ਨਹੀਂ ਦਿਖਦਾ ਪਹਿਲੀ ਗੱਲ ਜਿਹੜੇ ਬਾਲ ਲੋਕੀ ਜਿੱਥੋਂ ਕੱਢੀਦਾ ਉੱਥੇ ਛੋਟੇ ਰੱਖਦੇ ਆ ਫਿਰ ਜ਼ਿਆਦਾ ਧਿਆਨ ਨਾਲ ਦੇਖੋਗੇ ਫਿਰ ਦਿਖਦਾ ਜੇ ਬਾਲ ਆਪਾਂ ਵੱਡੇ ਕਰ ਲਾਂਗੇ ਥੋੜ੍ਹੇ ਜਿਹੇ ਉਹ ਫਿਰ ਜਗ੍ਹਾ ਕਵਰ ਹੋ ਜਾਂਦੀ ਹੈ ਉੱਥੇ ਨਹੀਂ ਫਿਰ ਦਿਖਦਾ ਤੇ ਇਹਦੇ 'ਚ ਕੋਈ ਏਜ ਲਿਮਿਟ ਵੀ ਹੈਗੀ ਆ ਫਲਾਨੀ ਏਜ ਦਾ ਬੰਦਾ ਕਰਵਾ ਸਕਦਾ ਜੀ ਇੰਨੀ ਏਜ 'ਚ ਨਹੀਂ ਕਰਾ ਸਕਦਾ ਨਹੀਂ ਏਜ ਲਿਮਿਟ ਤਾਂ ਨਹੀਂ ਹੈਗੀ ਹੁਣ ਸਾਡੇ ਕੋਲ ਇੱਕ ਅੰਕਲ ਆਏ ਸੀਗੇ ਕੈਨੇਡਾ ਤੋਂ ਉਹਨਾਂ ਦੀ ਵੀ ਏਜ 80 ਸਾਲ ਦੀ ਸੀ ਇੱਕ ਆਂਟੀ ਸੀਗੇ ਉਹ ਵੀ 80 ਦੇ ਕਰੀਬ ਸੀਗੇ ਟੋਟਲੀ ਵਾਈਟ ਹੇਅਰ ਸੀਗੇ ਬਟ ਉਹਨਾਂ ਦੀਆਂ ਅੱਛੀਆਂ ਰੂਟਸ ਨਿਕਲੀਆਂ ਅੱਛਾ ਉਹਨਾਂ ਦਾ ਸਿਰ 'ਤੇ ਰਿਜ਼ਲਟ ਆਇਆ ਉਹ ਅਸੀਂ ਫੋਟੋ 'ਚ ਤੁਹਾਨੂੰ ਦਿਖਾ ਸਕਦੇ ਹਾਂ ਬਟ ਦੇ ਆਰ ਹੈਪੀ ਬਹੁਤ ਆਰ ਹੈਪੀ ਲੇਡੀ ਵੀ ਜੈਂਟਸ ਵੀ ਅਤੇ ਬਟ ਜਿੱਦਾਂ 60+ ਦੇ ਜੇ ਆਪਾਂ ਕਰਦੇ ਹਾਂ ਉਹਦੇ 'ਚ ਰਿਸਕ ਇਹ ਰਹਿੰਦਾ ਉਹਨਾਂ ਦਾ ਹਾਰਟ ਥੋੜ੍ਹਾ ਜਿਹਾ ਕਮਜ਼ੋਰ ਹੋਇਆ ਹੁੰਦਾ ਜੇ ਤਾਂ ਉਹ ਹੈਲਦੀ ਨੇ ਉਹਨਾਂ ਦਾ ਹਾਰਟ ਸਹੀ ਹੈ ਔਰ ਉਹਨਾਂ ਨੂੰ ਕੋਈ ਸ਼ੂਗਰ ਨਹੀਂ ਕੋਈ BP ਨਹੀਂ ਕੋਈ ਹੋਰ ਪ੍ਰੋਬਲਮ ਨਹੀਂ ਹੈ ਡੇਲੀ ਉਹ ਆਪਦੀ ਐਕਸਰਸਾਈਜ਼ ਕਰਦੇ ਆ ਫੂਡ ਦਾ ਖਿਆਲ ਰੱਖਦੇ ਆ ਡਾਇਟ ਦਾ ਖਿਆਲ ਰੱਖਦੇ ਆ ਹੈਲਦੀ ਆ ਫਿਰ ਉਹਨਾਂ 'ਚ ਕਰ ਸਕਦੇ ਹਾਂ ਐਡੀ ਕੋਈ ਗੱਲ ਨਹੀਂ ਹੈ ਠੀਕ ਹੈ ਤੇ ਇੱਕ ਹੋਰ ਕੋਈ ਮਤਲਬ ਜਿੱਦਾਂ ਤੁਸੀਂ ਦੱਸਿਆ ਵੀ ਸ਼ੂਗਰ ਵਾਲੇ ਪੇਸ਼ੈਂਟ ਦੇ ਆਪਾਂ ਬਿਲਕੁਲ ਹੀ ਨਹੀਂ ਕਰ ਸਕਦੇ ਜਾਂ ਫਿਰ ਉਹਦਾ ਕੀ ਕੰਟਰੋਲਡ ਸ਼ੂਗਰ ਵਾਲੇ ਦੇ ਕਰ ਸਕਦੇ ਹਾਂ ਬਟ ਉਹ ਕੰਟਰੋਲ ਬਹੁਤ ਜ਼ਰੂਰੀ ਹੈ ਜੇ ਉਹ ਵਿੱਚ ਕੋਈ ਵੀ ਕੋਈ ਪਾਰਟੀ ਆ ਗਈ ਵਿਆਹ ਆ ਗਿਆ ਉਹ 'ਚ ਉਹ ਗੱਲ ਕਰਦਾ ਕਿ ਵੀ ਯਾਰ ਚਲੋ ਦੋਸਤਾਂ ਨੇ ਇੱਕ ਪੈਗ ਲਵਾ ਤਾ ਦੋ ਲਵਾ ਤੇ ਗੋਲੀ ਖਾਧੀ ਨਹੀਂ ਫਿਰ ਉਹ ਵਿੱਚ ਦੀ ਫਲਕਚੁਏਸ਼ਨ ਆਏਗੀ ਸ਼ੂਗਰ ਦੀ ਉਹਦੇ ਕਰਕੇ ਇਨਫੈਕਸ਼ਨ ਆ ਸਕਦੀ ਹੈ ਜਿਹੜੇ ਬੰਦੇ ਨੂੰ ਪਤਾ ਹੈ ਕਿ ਵੀ ਮੈਂ ਬੋਡੀ ਦੇ ਆਪਣੇ ਦੇ ਕੰਟਰੋਲ ਕਰ ਸਕਦਾ ਆਪਦੀ ਇਮੋਸ਼ਨਸ ਤੇ ਆਪਣੇ ਮੈਡੀਸਨ ਪ੍ਰੋਪਰ ਖਾਊਂਗਾ ਤੇ ਮੇਰੀ ਸ਼ੂਗਰ ਵੀ 120-130 ਦੇ ਆਸ ਪਾਸ ਰਹਿੰਦੀ ਹੈ ਗੋਲੀ ਤੋਂ ਬਾਅਦ ਉਹ ਕਰਾ ਸਕਦਾ ਬਟ ਜਿਹਨੂੰ ਲੱਡੂ ਦੇਖ ਕੇ ਪੇੜੇ ਦੇਖ ਕੇ ਬਰਫੀਆਂ ਦੇਖ ਕੇ ਮਨ ਚਾਹੁੰਦਾ ਉਹਨੂੰ ਨਹੀਂ ਕਰਨਾ ਚਾਹੀਦਾ ਫਿਰ ਅਨਕੰਟਰੋਲ ਸ਼ੂਗਰ ਹੋ ਜਾਂਦੀ ਹੈ ਫਿਰ ਅਨਨੈਸੈਸਰੀ ਪ੍ਰੋਬਲਮ ਇਹ ਜਿਹੜਾ ਟ੍ਰੀਟਮੈਂਟ ਆ ਮਤਲਬ ਕਿੰਨਾ ਕੁ ਕੋਸਟਲੀ ਪੈ ਜਾਂਦਾ ਆ ਜਾਂ 1000 ਗ੍ਰਾਫਟ ਦਾ ਆਪਾਂ ਮਤਲਬ ਜਿਹੜਾ ਨਾਰਮਲ ਪ੍ਰਾਈਸ ਹੈ ਉਹ 10 ਰੁਪਏ ਗ੍ਰਾਫਟ ਬਹੁਤ ਜੈਨੂਇਨ ਚਾਰਜ ਹੈ ਹਾਂਜੀ ਜੇ ਆਪਾਂ ਜਿੰਨੇ ਗ੍ਰਾਫਟ ਲੱਗੇ ਉਹਦਾ ਜੇ ਆਪਾਂ 10 ਰੁਪਏ ਚਾਰਜ ਕਰਦੇ ਹਾਂ ਨਾ ਪੇਸ਼ੈਂਟ ਉਹ ਇੱਕ ਬੜਾ ਜੈਨੂਇਨ ਜਿਹਾ ਪ੍ਰਾਈਸ ਹੈ ਉਹ 'ਚ ਕੀ ਹੈ ਕਿ ਵੀ ਪੇਸ਼ੈਂਟ ਨੂੰ ਵੀ ਨਹੀਂ ਇੰਨਾ ਮਹਿੰਗਾ ਪੈਂਦਾ ਅਤੇ ਡਾਕਟਰ ਨੂੰ ਵੀ ਜਾਂ ਉਹਦੀ ਟੀਮ ਨੂੰ ਵੀ ਪ੍ਰੋਪਰ ਉਹਦੀ ਇੱਕ ਮਿਹਨਤ ਫੀਸ ਮਿਲ ਜਾਂਦੀ ਹੈ ਉਸ ਤੋਂ ਵੱਧ ਖਰਚਣਾ ਤਾਂ ਸਹੀ ਨਹੀਂ ਹੈ
ठीक है। और 10 तो घट रुपीज जे आप चार्ज करते वह भी ठीक नहीं है क्योंकि फिर वो अद मने काम करने वाली गल हों 10 रुपये एक बहुत वधिया इलाज है। बस ये यह है कि भी थानू ग्राफ्स सही तरीके दसे जाने इदा ना हो कि भी कटे 5,000 दसे 8,000 तो फिर वो 8,000 तुझी कड़ा कला कला कि बह के 5,000 का 50,000 है तो 8,000 का 30,000 है मीन बैटर यह है कि भी एक ट्रीटमेंट का 40,000-50,000 60,000 तक जो खर्चा है वो इज सफिशेंट अमाउंट सारे खर्चे कट के डॉक्टर वो टीम को प्रॉपर मेहनत मिल जाती है। ठीक है सर। बाकी कोई दो एडा कोई फ्रेंड कोई घबराने वाली गल नहीं हैगी कि बड़ा पेशेंस वाला काम है ये बट जिन्हों कॉस्मैटिक सर्जरी चाहिए है उन्होंने करवा लेना चाहिए वो अपीयरेंस कॉन्फिडेंस लैवल काफ़ी बढ़ जाता वो एक दिन का ही है परहेज बाकी उस तो बाद तो माड़ा मोटा मिट्टी मुट्टी तो परहेज रखना दो दिन तो थोड़ा पानी पाना आप सिर पर ताकि रूट्स गिलियां रहन तो कोई एडी गल नहीं उस तो बाद कॉन्फिडेंस लैवल बहुत बूस्ट हों का बंदे का स्मार्टनैस भी वही है यंग भी दिखन लग जाता 5-10 साल पिछे चला जाता अपनी लाइफ सही है नहीं तो ठीक है। अच्छा कोई एडी गल नहीं है घबराने वाली बस तुम हेल्दी होने चाहिए हो ऐसा नहीं कि छोटी छोटी चीज से घबराई जाने कि या हाए टीका लगेगा हाए दर्द होगा ऐसा तो कुछ नहीं है माड़ा मोटा डिस्कम्फर्ट तो होगा ही आप जो कह दिए कि 100% पेनलैस टेक्नीक है ऐसा तो कुछ नहीं है एक अद्धे टीके का तो पता लगता ही है जायजा पूरे तो पता लगता उन्ना की सिर च पता लगता एक बार सुन हो गया फिर 10-12 घंटे बंदा ले जा रहा बहुते लोग मतलब इस चीज तो ही पता नहीं डरते हैं सर्जरी पता नहीं किन्नी औखी होनी है पता नहीं किड्डा का बड़ा ऑपरेशन है वो मतलब जिहड़ियां बिग बना बना के बिग तो ही इस तो ज्यादा पैसे खराब कर दिंदी दुनिया बिग वाला प्रोसेस करवाने की लोड़ पैंदी है जे अपनी रूट्स बहुत ज्यादा वीक है ਉਹਦਾ ਰਿਜ਼ਲਟ ਮਿਲਣਾ ਨਹੀਂ ਫਿਰ ਵਿਗ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਹੈ ਬਟ ਜਿੱਥੇ ਹੇਅਰ ਟਰਾਂਸਪਲਾਂਟ ਹੋ ਸਕਦਾ ਉਹ ਬੈਟਰ ਹੈ ਕਿ ਪੇਸ਼ੈਂਟ ਨੂੰ ਜਾਣਾ ਹੀ ਹੇਅਰ ਟਰਾਂਸਪਲਾਂਟ ਲਈ ਚਾਹੀਦਾ ਕਿਉਂਕਿ ਵਿਗ ਦੀ ਮੇਨਟੇਨੈਂਸ ਬੜੀ ਔਖੀ ਆ ਹਰ ਮੰਥਲੀ 15-20 ਦਿਨਾਂ ਬਾਅਦ ਡਰੈਸਰ ਕੋਲ ਜਾਓ ਜੇ ਆਪਾਂ ਮੇਨਟੇਨੈਂਸ ਨਹੀਂ ਕਰਦੇ ਉਹਦੇ ਅੰਦਰ ਸਮੈਲ ਪੈਦਾ ਹੋ ਜਾਂਦੀ ਹੈ ਫੰਗਸ ਲੱਗ ਜਾਂਦੀ ਹੈ ਇਨਫੈਕਸ਼ਨ ਹੋ ਜਾਂਦੀ ਹੈ ਬੈਟਰ ਹੈ ਕਿ ਨੈਚੁਰਲ ਪ੍ਰੋਸੈਸ 'ਤੇ ਜਾਓ ਸਰ ਇੱਕ ਚੀਜ਼ ਹੋਰ ਜਿੱਦਾਂ ਹੁਣ ਮਤਲਬ ਬਹੁਤ ਸਾਰੀਆਂ ਐਡਸ ਆਉਂਦੀਆਂ ਕਿ ਆਹ ਫਲਾਨਾ ਆਇਲ ਲਾ ਲਓ ਜੀ ਮਤਲਬ ਕਦੇ ਇੱਦਾਂ ਹੋ ਸਕਦਾ ਵੀ ਬਿਲਕੁਲ ਬੰਦਾ ਗੰਜਾ ਹੋ ਗਿਆ ਤੇ ਕਿਸੇ ਆਇਲ ਦੇ ਨਾਲ ਮਤਲਬ ਉਹਨੂੰ ਫਰਕ ਪੈਂਦਾ ਹੋਵੇ ਯਾਰ ਮੈਂ ਤਾਂ ਜਿੰਨੇ ਮੇਰੇ ਕੋਲ ਪੇਸ਼ੈਂਟ ਅਪਰੋਕਸੀਮੇਟਲੀ 500 ਦੇ ਅਰਾਊਂਡ ਸਰਜਰੀਜ਼ ਕੀਤੀਆਂ ਸਭ ਦੀ ਇਹੀ ਕਹਾਣੀ ਹੁੰਦੀ ਹੈ ਅਸੀਂ ਆਹ ਵੀ ਤੇਲ ਲਾ ਕੇ ਦੇਖ ਲਿਆ ਅਸੀਂ ਫਲਾਨਾ ਸਿਰਮ ਲਾ ਕੇ ਦੇਖ ਲਿਆ ਅਸੀਂ ਫਲਾਨੀ ਗੋਲੀ ਲਾ ਕੇ ਦੇਖ ਲਈ ਕਿਤੇ ਕਿਤੇ ਦਾ ਸੁਣਨ ਨੂੰ ਆਉਂਦਾ ਫਲਾਨੀ ਜਗ੍ਹਾ 'ਤੇ ਕੋਈ ਉਸ ਤਰ੍ਹਾਂ ਵੀ ਲਾਉਂਦਾ ਉਹਦੇ ਨਾਲ ਵੀ ਵਾਲ ਆ ਜਾਂਦਾ ਹੈ ਤਾਂ ਹੈ ਆਪਣੇ ਆਪਣੇ ਨਾ ਥੋੜ੍ਹੇ ਜਿਹਾ ਲੋਕ ਬਹਿ ਵਾਲੇ ਪਾਸੇ ਚੱਲ ਜਾਂਦੇ ਹੈਗੀ ਇਹ ਨਿਊਜ਼ ਹੈਗੀ ਪੰਜਾਬ ਦੀ ਆ ਇਹ ਵੀ ਉੱਥੇ ਉਸ ਤਰ੍ਹਾਂ ਲਵਾਉਣ ਜਾਓ ਤਾਂ ਵਾਲ ਆ ਜਾਂਦੇ ਹੈ ਨਾ ਪਰ ਜਿਹੜੀਆਂ ਚੀਜ਼ਾਂ ਨਹੀਂ ਹੋ ਸਕਦੀਆਂ ਪ੍ਰੈਕਟੀਕਲੀ ਨਹੀਂ ਹੋ ਸਕਦੀਆਂ ਸਿਰਫ ਇੱਕ ਸੋਚਿਆ ਜ਼ਰੂਰ ਜਾ ਸਕਦਾ ਵੀ ਇੱਦਾਂ ਵੀ ਹੁੰਦੀ ਹੋਊਗੀ ਪਰ ਲੋਕ ਆਪਣੇ ਉੱਧਰ ਨੂੰ ਝੱਟ ਨੱਠ ਪੈਂਦੇ ਆ ਜੇ ਕੋਈ ਆਪਣੇ 'ਤੇ ਇੱਦਾਂ ਦੀ ਗੱਲ ਹੁੰਦੀ ਆ ਤਾਂ ਬਾਕੀ ਟੈਕਨੀਕ ਜਿਹੜੀ ਹੈਗੀ ਆ ਉਹ ਆਲਮੋਸਟ ਸਭ ਜਗ੍ਹਾ ਸੇਮ ਹੀ ਆ ਇਹ ਲੋਕਾਂ ਦਾ ਵਹਿਮ ਕਹਿ ਲਓ ਜਾਂ ਭੇਡ ਚਾਲ ਕਹਿ ਲਓ ਕਿ ਵੀ ਨਵਾਂ ਸ਼ਹਿਰ ਵਾਲਾ ਕਹਿੰਦਾ ਯਾਰ ਮੈਂ ਫਲਾਨੀ ਜਗ੍ਹਾ ਚੱਲ ਜਾਂਦਾ ਉੱਥੇ ਜ਼ਿਆਦਾ ਵਧੀਆ ਲੱਗੂਗਾ ਜਾਂ ਫਲਾਨੀ ਹੁਣ ਜੇ ਆਪਾਂ ਨਵਾਂ ਸ਼ਹਿਰ ਦੀ ਗੱਲ ਕਰੀਏ ਆਪਣੇ ਕੋਲ ਕੇਰਲਾ ਤੋਂ ਵੀ ਪੇਸ਼ੈਂਟ ਆ ਕੇ ਕਰਾ ਕੇ ਗਏ ਆ ਆਪਣੇ ਕੋਲ ਬਠਿੰਡਾ ਤੋਂ ਵੀ ਆ ਕੇ ਕਰਾ ਕੇ ਗਏ ਆ ਪੂਨਾ ਸਾਈਡ ਤੋਂ ਵੀ ਕਰਵਾ ਕੇ ਗਏ ਆ ਤਾਂ ਮੀਨਸ ਹੁਣ ਲੋਕ ਉੱਧਰੋਂ ਇੱਧਰ ਆਉਂਦੇ ਆ ਆਪਣੇ ਵਾਲੇ ਇੱਧਰੋਂ ਕਿਤੇ ਹੋਰ ਜਾਂਦੇ ਆ ਇੱਕ ਐਡੀ ਕੋਈ ਗੱਲ ਨਹੀਂ ਹੈ ਇਹ ਸਰ ਜ਼ਿਆਦਾਤਰ ਟ੍ਰੈਂਡ ਹੀ ਹੁੰਦਾ ਜਿੱਦਾਂ ਆਪਣੇ ਸ਼ਹਿਰ ਦੇ ਲੋਕੀ ਨਾ ਉਹਨਾਂ ਨੂੰ ਲੱਗਦਾ ਕਿ ਸਾਡੇ ਸ਼ਹਿਰ 'ਚ ਨਹੀਂ ਵਧੀਆ ਕੰਮ ਹੋਣਾ ਉੱਥੇ ਵਧੀਆ ਕੰਮ ਸਭ ਤੋਂ ਬੈਸਟ ਚੀਜ਼ ਹੁੰਦੀ ਹੈ ਕਿ ਤੁਸੀਂ ਡਾਕਟਰ ਕੋਲ ਜਾਓ ਜਿਹੜਾ ਤੁਹਾਨੂੰ ਠੀਕ ਲੱਗਦਾ ਕਿ ਹਾਂ ਬੋਲ ਚਾਲ ਠੀਕ ਹੈ ਸਾਨੂੰ ਗਾਈਡ ਵਧੀਆ ਕੀਤਾ ਅਤੇ ਜਿੱਥੇ ਤੁਹਾਨੂੰ ਵਿਸ਼ਵਾਸ ਹੋ ਗਿਆ ਉਹਦੇ ਕੋਲ ਜਾਓ ਅਤੇ ਡਾਕਟਰ 'ਤੇ ਹੀ ਛੱਡ ਦਿਉ ਕਿ ਵੀ ਯਾਰ ਜੋ ਬੈਸਟ ਹੈ ਸਾਡੇ ਲਈ ਉਹ ਕਰਕੇ ਦਿਓ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਗਰੰਟੀ ਨਹੀਂ ਕੋਈ ਮੰਗਦੇ ਸਾਡੇ ਲਈ ਜੋ ਬੈਸਟ ਆ ਉਹ ਕਰੋ ਉਹਨੇ ਕਰਕੇ ਦੇਣਾ ਐਡੀ ਕੋਈ ਗੱਲ ਨਹੀਂ ਹੈ ਕਿਉਂਕਿ ਉਹਨੇ ਆਪਣਾ ਕੰਮ ਕਰਨਾ ਆਪਣੀ ਮਿਹਨਤ ਲੈਣੀ ਹੈ ਉਹਨੇ ਤੁਹਾਡਾ ਕੰਮ ਖਰਾਬ ਕਰਕੇ ਕੀ ਲੈਣਾ ਗਾ ਕਿ ਵੀ ਉਹਨੂੰ ਰਿਜ਼ਲਟ ਨਾ ਆਵੇ ਸਮਾਂ ਦੀ ਉਹਨੂੰ ਫਾਇਦਾ ਹੈ ਤੁਹਾਡੇ ਤੁਹਾਡਾ ਰਿਜ਼ਲਟ ਦੇਖ ਕੇ ਦੋ ਮਰੀਜ਼ ਹੋਰ ਆਉਣਗੇ ਤੁਸੀਂ ਐਡਵਰਟਾਈਜਮੈਂਟ ਕਰਦੇ ਹੋ ਤੋਂ ਪਹਿਲਾਂ ਟੈਸਟ ਪ੍ਰੋਪਰ ਕਰਾ ਲਓ
ਠੀਕ ਹੈ ਨਾ ਉਹਦਾ ਜਿੱਦਾਂ ਜਿਹੜਾ ਆਪਾਂ ਲੁੱਕ ਲੈਣਾ ਸੀ ਜੀ ਆ ਜਿਹੜਾ ਸੁਣ ਕਰਨ ਵਾਲਾ ਟੀਕਾ ਹੁੰਦਾ ਉਹਦਾ ਪਹਿਲਾਂ ਐਲਰਜੀ ਟੈਸਟ ਕਰਾ ਲਓ ਠੀਕ ਹੈ ਨਾ ਤਾਂ ਕਿ ਐਲਰਜੀ ਤਾਂ ਨਹੀਂ ਯੂਜਲੀ ਜੋ ਅਸੀਂ ਕਾਮਨ ਪ੍ਰੋਬਲਮ ਦੇਖੀਆਂ ਜਿੰਨਾ ਪੇਸ਼ੈਂਟ ਦੇ ਵਿੱਚ ਪ੍ਰੋਬਲਮ ਆਉਂਦੀ ਆ ਆਪਦੇ ਬਲੱਡ ਟੈਸਟ ਪ੍ਰੋਪਰ ਕਰਾਓ ਸਾਰਾ ਖੂਨ ਚੈੱਕ ਕਰਾਓ ਕਿ ਵੀ ਕੋਈ ਪ੍ਰੋਬਲਮ ਨਾ ਹੋਵੇ ਕੋਈ ਸ਼ੂਗਰ ਨਾ ਹੋਵੇ ਸੈੱਲ ਸਾਰੇ ਪ੍ਰੋਪਰ ਹੋਣ ਅਤੇ ਬਾਕੀ ਹਾਰਟ ਦਾ ਈਸੀ ਜੀ ਕਰਾਓ ਵੀ ਤੁਹਾਡਾ ਹਾਰਟ ਈਸੀ ਜੀ ਕਰਾਓ ਈਕੋ ਵੀ ਕਰਾਉਣਾ ਈਕੋ ਵੀ ਕਰਾਓ ਕਿ ਪੰਪ ਪ੍ਰੋਪਰ ਕਰ ਰਿਹਾ ਤੁਹਾਡਾ ਠੀਕ ਹੈ ਆਪਦੀ ਮੈਡੀਕਲ ਹਿਸਟਰੀ ਡਾਕਟਰ ਨੂੰ ਜਾਂ ਪ੍ਰੋਪਰ ਦਿਓ ਕਿ ਵੀ ਸਾਨੂੰ ਹੁਣ ਤੱਕ ਕੋਈ ਪ੍ਰੋਬਲਮ ਨਹੀਂ ਆਈ ਕੋਈ ਹੈਡੇਕ ਦੀ ਪ੍ਰੋਬਲਮ ਨਹੀਂ ਹੈ ਨਾ ਆਪਦੀ ਪ੍ਰੋਪਰ ਹਿਸਟਰੀ ਦਿਓ ਆਪਦੇ ਮੰਮੀ ਡੈਡੀ ਨਾਲ ਜੇ ਤੁਸੀਂ ਯੰਗ ਹੋ ਉਹਨਾਂ ਨੂੰ ਪੁੱਛੋ ਕਿ ਵੀ ਕੋਈ ਪੁਰਾਣੀ ਪ੍ਰੋਬਲਮ ਕਿਉਂਕਿ ਫਿਰ ਉਹ ਨਾ ਬਹਾਨਾ ਬਣ ਜਾਂਦਾ ਸਰਜਰੀ ਕਰਦੇ ਕਰਦੇ ਕਿ ਵੀ ਯਾਰ ਸਾਨੂੰ ਤਾਂ ਆਹ ਪ੍ਰੋਬਲਮ ਇਸ ਤੋਂ ਬਾਅਦ ਸ਼ੁਰੂ ਹੋਈ ਹੈ ਉਹ ਹੁੰਦੀ ਪਹਿਲਾਂ ਹਾਂਜੀ ਅਤੇ ਜੇ ਪਹਿਲਾਂ ਹੀ ਫੜ ਹੋ ਜਾਵੇ ਤਾਂ ਜ਼ਿਆਦਾ ਵਧੀਆ ਪਹਿਲਾਂ ਦੱਸ ਦਿਓ ਡਾਕਟਰ ਨੂੰ ਉਹਦੀਆਂ ਪ੍ਰੀਕੋਸ਼ਨਸ ਹੋ ਜਾਂਦੀਆਂ ਅਦਰਵਾਈਜ਼ ਜਦੋਂ ਮੈਂ ਸਰਜਰੀ ਕਰਾਈ ਹੈ ਚਲੋ ਮੇਰੇ ਬਲੱਡ ਟੈਸਟ ਸਭ ਕੁਝ ਨੋਰਮਲ ਸੀਗਾ ਬਟ ਜੋ ਮੈਨੂੰ ਫੀਲ ਹੋਇਆ ਜਦੋਂ ਆਪਾਂ ਲੋਕਲ ਐਨੇਸਥੀਸੀਆ ਦਿੰਦੇ ਹਾਂ ਉਦੋਂ ਥੋੜ੍ਹੀ ਬਹੁਤ ਹਾਰਟ ਬੀਟ ਵੱਧਦੀ ਹੈ ਪੇਸ਼ੈਂਟ ਦੀ ਉਹ ਥੋੜ੍ਹਾ ਜਿਹਾ ਐਂਕਸ਼ੀਅਸ ਵੀ ਹੁੰਦਾ ਬੰਦਾ ਡਰਿਆ ਹੁੰਦਾ ਅਤੇ ਪਲੱਸ ਥੋੜ੍ਹਾ ਜਿਹਾ ਜਦੋਂ ਲੋਕਲ ਐਨੇਸਥੀਸੀਆ ਦਿੰਦੇ ਹਾਂ ਉਹਦਾ ਥੋੜ੍ਹਾ ਜਿਹਾ ਇਫੈਕਟ ਆਉਂਦਾ ਹਾਰਟ 'ਤੇ ਉਹਦੇ ਕਰਕੇ ਥੋੜ੍ਹੀ ਜਿਹੀ ਰੇਟ ਵੱਧਦੀ ਆ ਬਟ ਅਦਰਵਾਈਜ਼ ਠੀਕ ਹੀ ਹੈ ਇਹ 'ਚ ਪ੍ਰੋਬਲਮ ਆਉਣ ਦੇ ਚਾਂਸਿਸ 100 ਚੋਂ 1% ਹੈ ਬਾਕੀ ਕੋਈ ਇੰਨੀਆਂ ਪ੍ਰੋਬਲਮ ਨਹੀਂ ਆਉਂਦੀਆਂ ਜੇ ਆਪਾਂ ਪ੍ਰੀਕੋਸ਼ਨ ਪ੍ਰੋਪਰ ਲਈਏ ਜੇ ਸਟਰਲਾਈਜੇਸ਼ਨ ਇੰਸਟਰੂਮੈਂਟ ਪ੍ਰੋਪਰ ਰੱਖੋ ਜਿਹੜਾ ਏਰੀਆ ਤੁਹਾਡਾ ਜਿੱਥੇ ਸਰਜਰੀ ਕਰਨੀ ਆ ਉਹ ਪ੍ਰੋਪਰਲੀ ਸਟਰਲਾਈਜ਼ ਹੋਵੇ ਪੜ੍ਹਿਆ ਲਿਖਿਆ ਇੱਕ ਡਾਕਟਰ ਜਿਹਨੂੰ ਇਸ ਚੀਜ਼ ਦੀ ਨੌਲੇਜ ਹੈ ਕਿ ਵੀ ਮੈਂ ਪ੍ਰੋਬਲਮ ਨੂੰ ਕਿਵੇਂ ਸਾਂਭਣਾ ਬਸ ਉਹ ਨੇੜੇ ਤੇੜੇ ਰਹੇ ਕੋਲੇ ਬੈਠਣਾ ਕੋਈ ਬਹੁਤ ਜ਼ਰੂਰੀ ਨਹੀਂ ਹੁੰਦਾ ਗਾ ਬਸ ਉਹਦੇ ਆਸ ਪਾਸ ਹੋਣਾ ਚਾਹੀਦਾ ਕਿਉਂਕਿ ਐਮਰਜੈਂਸੀ ਸਿਚੁਏਸ਼ਨ ਸੰਭਾਲਣ ਲਈ ਠੀਕ ਹੈ ਇੱਥੇ ਨਾ ਮੈਂ ਇੱਕ ਚੀਜ਼ ਹੋਰ ਦੱਸਦਾ ਜਿਸ ਦਿਨ ਸਰਜਰੀ ਹੋਈ ਨਾ ਉਸ ਦਿਨ ਵੀ ਅਸੀਂ ਉਹ ਜਿਹੜੀ ਵੀਡੀਓ ਕੀਤਾ ਸੀਗਾ ਉਹ ਵੀਡੀਓ ਵੀ ਇਹਦੇ ਵਿੱਚ ਅਸੀਂ ਐਡ ਕਰ ਦਾਂਗੇ ਸਰਜਰੀ ਹੁੰਦੀ ਦੀਆਂ ਅਤੇ 12 ਘੰਟੇ ਜਦੋਂ ਸਰਜਰੀ ਹੋਈ ਸਰ ਦੀ ਤਾਂ ਇਹ 12 ਘੰਟੇ ਬਾਅਦ ਜਦੋਂ ਉੱਠੇ ਤਾਂ ਮੈਂ ਕਿਹਾ ਵੀ ਲਿਆਓ ਮੈਂ ਗੱਡੀ ਚਲਾਉਣਾ ਕਹਿੰਦੇ ਨਹੀਂ ਨਹੀਂ ਮੈਨੂੰ ਫੋਨ ਆ ਗਿਆ ਤਾਂ ਕਹਿੰਦੇ ਗੱਡੀ ਮੈਂ ਆਪ ਚਲਾਉਣਾ ਅਤੇ ਸਰ ਆਪ ਡਰਾਈਵ ਕਰਕੇ ਆਏ ਸੀ ਮਤਲਬ ਮੇਰਾ ਕਹਿਣ ਦਾ ਸਿਰਫ ਇਹੀ ਆ ਕਿ ਸਰਜਰੀ ਕਰਾਉਣ ਤੋਂ ਬਾਅਦ ਵੀ ਬੰਦੇ ਨੂੰ ਕੋਈ ਏਡੀ ਵੱਡੀ ਕੋਈ ਪ੍ਰੋਬਲਮ ਨਹੀਂ ਆਉਂਦੀ ਸੈਲਫ ਕੰਫੀਡੈਂਸ ਹੋਣਾ ਚਾਹੀਦਾ ਯਾਰ ਜੇ ਆਪਾਂ ਨਾਲ ਵਾਲੇ ਕਹੀ ਜਾਂਦੇ ਉਹ ਨਹੀਂ ਨਹੀਂ ਮੈਂ ਚਲਾ ਲੈਣਾ ਜਿਹੜੀ ਸਰਜਰੀ ਹੋਈ ਹੈ ਇੱਦਾਂ ਹੁੰਦਾ ਉਹ ਸਾਨੂੰ ਬੀਇੰਗ ਆ ਡਾਕਟਰ ਜਦੋਂ ਅਸੀਂ ਪੇਸ਼ੈਂਟ 'ਤੇ ਕਰਦੇ ਹਾਂ ਸਾਨੂੰ ਇਹ ਹੁੰਦਾ ਕਿ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਾ ਆਵੇ ਤਾਂ ਅਸੀਂ ਕਹਿ ਦਈਦਾ ਕਿ ਯਾਰ ਤੁਸੀਂ ਰਿਸ਼ਤੇਦਾਰ ਨੂੰ ਲਿਆਈਓ ਆਪਦੇ ਕੋਈ ਭਰਾ ਨੂੰ ਲਿਆਈਓ ਮੰਮੀ ਡੈਡੀ ਨੂੰ ਲਿਆਈਓ ਤਾਂ ਕਿ ਫਿਰ ਸਾਨੂੰ ਅਸੀਂ ਹੁਣ ਖੁਦ ਡਾਕਟਰ ਹਾਂ ਇਸ ਕਰਕੇ ਸਾਨੂੰ ਖੁਦ ਨੂੰ ਪਤਾ ਹੀ ਹੈ ਕਿ ਕਿੱਦਾਂ ਚੀਜ਼ਾਂ ਨੂੰ ਮੈਨੇਜ ਕਰਨਾ ਸਾਡਾ ਸੈਲਫ ਕੰਫੀਡੈਂਸ ਲੈਵਲ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ ਗਿਆ ਇਸ ਕਰਕੇ ਐਡੀ ਕੋਈ ਗੱਲ ਨਹੀਂ ਹੈ ਬੰਦੇ ਨੂੰ ਬਸ ਯਾਰ ਜੇ ਤਾਂ ਉਹਦਾ ਮਨ ਤਕੜਾ ਹੈ ਠੀਕ ਹੈ ਨਾ ਫਿਰ ਤਾਂ ਕੁਛ ਨਹੀਂ ਹੈ ਆਉਣਾ ਟੀਕਾ ਲਵਾਉਣਾ ਲੇਟਣਾ 10-12 ਘੰਟੇ ਸਰਜਰੀ ਹੋ ਗਈ ਉਸ ਤੋਂ ਬਾਅਦ ਇੱਕ ਪੱਟੀ ਹੋ ਜਾਂਦੀ ਹੈ ਸਿਰ 'ਤੇ ਉਸ ਤੋਂ ਬਾਅਦ ਜੋ ਮਰਜ਼ੀ ਕਰੋ ਆਪਣੀ ਰੂਟੀਨ ਲਾਈਫ 'ਚ ਆ ਜਾਓ ਅਤੇ ਸਰ ਇੱਕ ਚੀਜ਼ ਹੋਰ ਦੱਸ ਦਿਓ ਉਸ ਤੋਂ ਬਾਅਦ ਜਦੋਂ ਸਰਜਰੀ ਤੋਂ ਬਾਅਦ ਕੋਈ ਦਿੱਕਤ ਆਈ ਮੈਨੂੰ ਤਾਂ ਨਹੀਂ ਆਈ ਯਾਰ ਥੋੜ੍ਹਾ ਬਹੁਤ ਪਿੱਛੇ ਪੇਨ ਹੁੰਦਾ ਗਾ ਜਿੱਥੋਂ ਵਾਲ ਕੱਟੇ ਸੀ ਹਾਂ ਉੱਥੇ ਦਾ ਹਲਕਾ ਮੁਲਕਾ ਪੇਨ ਹੁੰਦਾ ਉਹ ਤਾਂ ਖਿੱਚ ਪੈਂਦੀ ਹੈ ਕਿਦਾਂ ਮਤਲਬ ਖਿੱਚ ਪੈਂਦੀ ਰਹਿੰਦੀ ਹੈ ਖਿੱਚ ਹਲਕਾ ਜਿਹਾ ਪੇਨ ਉਹ ਤਾਂ ਹੁੰਦਾ ਜਦੋਂ ਆਪਾਂ ਸੌਂਦੇ ਆ ਉਹ ਜਿਹੜੇ ਜਿੱਥੋਂ ਵਾਲ ਕੱਢੇ ਹੁੰਦੇ ਆ ਤੇ ਉਹਦੇ ਨਾਲ ਵਾਲੇ ਜਦੋਂ ਵਾਲ ਗਰੋ ਕਰਦੇ ਆ ਉਹ ਤਿੱਖੇ ਹੁੰਦੇ ਆ ਉਹ ਜਿੱਥੋਂ ਕੱਢੇ ਹੁੰਦੇ ਆ ਉੱਥੇ ਜ਼ਖਮ ਹੁੰਦਾ ਉਹ ਜਦੋਂ ਆਪਾਂ ਸੌਂਦੇ ਆ ਉਹ ਜਦੋਂ ਮੇਨਲੀ ਹੁੰਦਾ ਉਦੋਂ ਹੀ ਆ ਜਦੋਂ ਆਪਾਂ ਸੌਂਦੇ ਆ ਉਹ ਫਿਰ ਉਹ ਜਿਹੜੇ ਤਿੱਖੇ ਤਿੱਖੇ ਵਾਲ ਆ ਉਹ ਜਿਹੜਾ ਉਹ ਜ਼ਖਮ ਕੱਚਾ ਹੁੰਦਾ ਉਹਦੇ ਵਿੱਚ ਚੁੱਭਦੇ ਆ ਬਸ ਉਹਦਾ ਪੇਨ ਹੁੰਦਾ ਉਹ ਜੇ ਆਪਾਂ ਇੱਕ ਗੋਲੀ ਖਾ ਲਾਂਗੇ ਉਹ ਕਵਰ ਹੋ ਜਾਂਦਾ ਵਗੈਰਾ ਯੂਜ਼ ਕਰਦੇ ਆ ਬਹੁਤ ਜ਼ਿਆਦਾ ਜਾਂ ਰੋਜ਼ ਜਿਹੜੇ ਬੰਦੇ ਡਰਾਇਰ ਯੂਜ਼ ਕਰਦੇ ਆ ਉਹਦਾ ਕੀ ਨੁਕਸਾਨ ਆ ਵੈਸੇ ਤਾਂ ਨਹੀਂ ਕਰਨੇ ਚਾਹੀਦੇ ਆਰਟੀਫਿਸ਼ੀਅਲ ਪ੍ਰੋਡਕਟ ਹੈ ਰਿਕਮੈਂਡ ਮੈਡੀਕਲ ਸਾਇੰਸ ਦੇ ਹਿਸਾਬ ਨਾਲ ਤਾਂ ਨਹੀਂ ਰਿਕਮੈਂਡੇਬਲ ਹੈਗੇ ਇਹ ਪ੍ਰੋਡਕਟ ਬਟ ਹੁਣ ਇਹ ਫੈਸ਼ਨ ਹੋ ਗਿਆ ਯੰਗਸਟਰ ਲਈ ਜ਼ਰੂਰੀ ਵੀ ਹੋ ਗਿਆ ਵਨਸ ਇਨ ਅ ਬਲੂ ਮੂਨ ਲਗਾ ਲਿਆ ਤਾਂ ਠੀਕ ਹੈ ਬਟ ਰੂਟੀਨ 'ਚ ਲਗਾਓਗੇ ਤਾਂ ਫਿਰ ਹੇਅਰ ਲੋਸ ਜਲਦੀ ਹੋਣ ਦੇ ਚਾਂਸ ਹੁੰਦੇ ਆ ਜਿੱਥੇ ਤੁਹਾਨੂੰ ਵਧੀਆ ਲੱਗਦਾ ਯਾਰ ਕਿ ਵੀ ਇੱਥੇ ਮੇਰੇ ਲਈ ਈਜ਼ੀ ਹੈ ਆਉਣਾ ਜਾਣਾ ਠੀਕ ਹੈ ਮੈਂ ਕਦੇ ਵੀ ਆ ਕੇ ਡਾਕਟਰ ਨੂੰ ਮਿਲ ਸਕਦਾ ਮੇਰੇ ਘਰ ਤੋਂ 5 ਮਿੰਟ ਦਾ ਰਸਤਾ 10 ਮਿੰਟ ਦਾ ਰਸਤਾ ਹੈ ਇੱਕ ਚੀਜ਼ ਹੋਰ ਜਿੱਦਾਂ ਕਹਿੰਦੇ ਤਾਂ ਹੁਣ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਕਿ ਫਲਾਣੇ ਨੇ ਉੱਥੋਂ ਵਧੀਆ ਕਰਾਇਆ ਉਹਦਾ ਰਿਜ਼ਲਟ ਵਧੀਆ ਆਇਆ ਤਾਂ ਮੇਰਾ ਵੀ ਰਿਜ਼ਲਟ ਉੱਥੋਂ ਵਧੀਆ ਆਊਗਾ ਇਹ ਚੀਜ਼ ਕਦੇ ਨਹੀਂ ਸੋਚਣੀ ਚਾਹੀਦੀ ਕਿਉਂਕਿ ਹਰ ਇੱਕ ਬੰਦੇ ਦੀ ਹਰ ਇੱਕ ਪੇਸ਼ੈਂਟ ਦੀ ਵੱਖਰੀ ਵੱਖਰੀ ਮਤਲਬ ਹਾਂ ਹਰ ਇੱਕ ਕੁਆਲਿਟੀ ਹੈ ਰਿਕੁਆਇਰਮੈਂਟ ਹੈ ਸਭ ਤੋਂ ਪਹਿਲਾਂ ਰੂਟ ਕੁਆਲਿਟੀ ਕਿ ਵੀ ਰੂਟਸ ਦੀ ਕੁਆਲਿਟੀ ਕਿੱਦਾਂ ਦੀ ਹੈ ਵਧੀਆ ਮੋਟੇ ਮੋਟੀਆਂ ਰੂਟਸ ਹੈਗੀਆਂ ਨਹੀਂ ਹੈਗੀਆਂ ਹਰ ਪੇਸ਼ੈਂਟ ਵੇਰੀ ਕਰੂਗਾ ਠੀਕ ਹੈ ਫਿਰ
ਕਿੰਨੀ ਰਿਕੁਆਇਰਮੈਂਟ ਹੈ, ਤੁਸੀਂ ਕਿਹੜੀ ਸਟੇਜ 'ਤੇ ਕਰਾਉਣ ਚੱਲੇ ਹੋ। ਹੁਣ ਚਾਹੀਦੇ ਆਪਾਂ ਨੂੰ 2000 ਰੂਟ ਹੈ, ਪੇਸ਼ੈਂਟ ਦੇ ਪਈਆਂ 10000, ਉਹ 'ਚੋਂ ਜਿੰਨਾ ਮਰਜ਼ੀ ਰਿਜ਼ਲਟ ਲੈ ਲਓ, ਠੀਕ ਹੈ ਨਾ। ਆਪ 2000 ਚਾਹੀਦੀ ਆ, ਕੱਟ ਲਓ 2500, ਬਹੁਤ ਵਧੀਆ ਰਿਜ਼ਲਟ ਆਊਗਾ। ਹੁਣ ਜਿਹਨੂੰ ਚਾਹੀਦੀ 8000 ਰੂਟ ਹੈ, ਨਿਕਲੀ 4000 ਹੈ, ਠੀਕ ਹੈ, ਉਹਨੂੰ ਤੁਸੀਂ ਇੱਕ ਵਾਰ 'ਚ ਕਿੱਦਾਂ ਰਿਜ਼ਲਟ ਦੇ ਸਕਦੇ ਹੋ? ਉਹਦਾ ਫਿਰ ਫਰੰਟ ਹੀ ਹੋਊਗਾ, ਸਮਝ ਲਓ ਕਿ ਵੀ ਅੱਧਾ ਕੁ ਫਰੰਟ ਹੋ ਗਿਆ। ਫਿਰ ਜੇ ਰੂਟਸ ਵੀਕ ਹੈ, ਮੈਂ ਉਹੀ ਫਿਰ ਕਹਿ ਰਿਹਾ, ਜੇ ਰੂਟਸ ਵੀਕ ਹੈ, ਇੱਕ ਰੂਟ ਦੇ ਵਿੱਚ ਸਿੰਗਲ ਸਿੰਗਲ ਪਾ ਲਈ ਹੈ, ਫਿਰ ਨਾ ਕਰਾਓ ਤਾਂ ਜ਼ਿਆਦਾ ਵਧੀਆ, ਫਿਰ ਜ਼ਿਆਦਾ ਤਾਂ ਵਿਗ 'ਤੇ ਚੱਲ ਜਾਓ, ਠੀਕ ਹੈ। ਉਹ ਇਹ ਸਟੇਜ 1, ਸਟੇਜ 2 ਤੱਕ, 3 ਤੱਕ ਵੀ ਠੀਕ ਹੈ ਟ੍ਰਾਂਸਪਲਾਂਟ। ਉਹਦੇ ਨਾਲ ਇੰਜੈਕਟ ਹੁੰਦਾ ਗਾ, ਇਹ ਬੇਸਿਕਲੀ ਜਿੱਦਾਂ ਪੌਦੇ ਨੂੰ ਖਾਦ ਪੈਂਦੀ ਹੈ, ਉਹਦਾ ਖਾਦ ਹੈ, ਪਲੇਟਲੈਟ ਰਿਚ ਪਲਾਜ਼ਮਾ ਕਹਿੰਦੇ ਇਹਨੂੰ। ਗੂਗਲ ਵਗੈਰਾ ਤੇ ਅੱਛੀ ਸਟੱਡੀ ਦਿੱਤੀਆਂ ਹੋਈਆਂ। ਔਰ ਬਹੁਤ ਸਾਰੇ ਲੋਕੀ ਜਦੋਂ ਕਿਸੇ ਨੂੰ ਦੱਸੀ ਨਾ ਕਿ ਮਤਲਬ ਬਾਲ ਝੜਦੇ ਆ, ਤੁਸੀਂ ਟੀਕੇ ਲਵਾ ਲਓ, ਤਾਂ ਉਹ ਇਸ ਤੋਂ ਵੀ ਡਰ ਜਾਂਦੇ, ਹਾਏ ਹੋਰ ਆਪਾਂ ਸਿਰ 'ਚ ਟੀਕੇ। ਹਾਂ, ਸਿਰ 'ਚ ਟੀਕੇ, ਬਟ ਇਹ ਹੈ ਕਿ ਅਸੀਂ ਆਪ ਵੀ ਲਵਾਉਂਦੇ ਹਾਂ, ਬਟ ਹਲਕਾ ਫੁਲਕਾ ਪੇਨ ਹੁੰਦਾ, ਬਟ ਇੰਨਾ ਕੁ ਤਾਂ ਹੁਣ ਕੁਛ ਪਾਉਣ ਲਈ ਖੋਣਾ ਵੀ ਪਊਗਾ ਜੀ। ਸਹੀ ਹੈ, ਫਿਰ ਤਾਂਹੀਓ ਤਾਂ ਆਪਾਂ ਤੇਲ, ਸਾਬਣਾ, ਟੈਬਲੇਟ, ਸਿਰਮ ਉਸ 'ਤੇ ਜਾਂਦੇ ਹਾਂ ਕਿ ਸ਼ਾਇਦ ਪੇਨ ਤੋਂ ਬਚ ਜਾਈਏ। ਬਟ ਜਿੰਨਾ ਜ਼ਿਆਦਾ ਕਸ਼ਟ ਹੈ ਜਿਹੜੇ ਰਸਤੇ 'ਚ ਯਾਰ, ਜਿੰਨਾ ਜ਼ਿਆਦਾ ਸਟਰਗਲ ਆ, ਓਨਾ ਹੀ ਅੱਜ ਲੌਂਗ ਟਰਮ 'ਚ ਉਹਦਾ ਰਿਜ਼ਲਟ ਹੈ। ਜੇ ਆਪਾਂ ਲਾਈਫ ਦੇ ਵਿੱਚ ਇਹ ਵੀ ਦੇਖੀਏ, ਸਟਾਰਟਿੰਗ ਦੇ ਵਿੱਚ ਜਿੰਨਾ ਸਟਰਗਲ ਕਰ ਲਾਂਗੇ, ਓਨਾ ਹੀ ਅੱਗੇ ਲਾਈਫ ਸੌਖੀ ਰਹਿੰਦੀ ਹੈ। ਹੁਣ ਜੇ ਆਪਾਂ ਸੌਖਾ ਰਸਤਾ ਲੱਭ ਲਾਂਗੇ, ਫਿਰ ਬਾਅਦ 'ਚ ਔਖੇ ਹੋਵਾਂਗੇ, ਉਹਦਾ ਜਿਹੜਾ ਮਰਜ਼ੀ ਰਸਤਾ ਲੱਭ ਲਓ। ਟ੍ਰਾਂਸਪਲਾਂਟ ਯਾਰ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਆਪਦੇ ਘਰ ਦੇ ਲੋਕਲ ਕਰਾ ਲਓ, ਜ਼ਿਆਦਾ ਵਧੀਆ ਹੈ, ਕਿਉਂਕਿ ਇੱਕ ਤਾਂ ਨੇੜੇ ਹੋਵੇ, ਜੇ ਤਾਂ ਇੱਕ ਤਾਂ ਆਉਣਾ ਜਾਣਾ ਆਸਾਨ, ਦਿਖਾਉਣਾ ਆਸਾਨ। ਤੀਜੀ ਗੱਲ, ਲੋਕਲ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਇੱਕ ਅੱਖ ਦੀ ਸ਼ਰਮ ਹੁੰਦੀ ਹੈ, ਜਿੱਥੋਂ ਆਪਾਂ ਕਰਾਉਣ ਲੱਗੇ ਹਾਂ, ਮੈਨੂੰ ਨਹੀਂ ਲੱਗਦਾ ਕਿ ਕੋਈ ਆਪਾਂ ਨੂੰ ਗਲਤ ਗਾਈਡ ਕਰੂਗਾ, ਕਿਉਂਕਿ ਹੁਣ ਪਤਾ ਮੈਂ ਕਿਤੇ ਵੀ ਮਿਲਣਾ ਹੈ, ਜੁਲਣਾ ਹੈ, ਕਦੇ ਬਾਜ਼ਾਰ 'ਚ ਗਿਆ ਉੱਥੇ ਮੈਨੂੰ ਪੇਸ਼ੈਂਟ ਨੇ ਮਿਲ ਜਾਣਾ, ਜਾਂ ਪੇਸ਼ੈਂਟ ਕਦੇ ਵੀ ਮੇਰੇ ਕੋਲ ਆ ਜਾਊਗਾ। ਹੁਣ ਜੇ ਆਪਾਂ ਵੱਡੇ ਸਿਟੀ 'ਚ, ਵੱਡੇ ਹੱਬ 'ਚ ਜਾਂਦੇ ਹਾਂ, ਉਹਨਾਂ ਲਈ ਟ੍ਰੇਨਿੰਗ ਏਰੀਆ ਬਹੁਤ ਹੁੰਦਾ ਗਾ ਆਸ ਪਾਸ ਦਾ, 100 ਕਿਲੋਮੀਟਰ ਤੱਕ ਦਾ, ਇੱਧਰੋਂ ਆ, ਨੌਰਥ ਤੋਂ ਆ ਰਿਹਾ ਕੋਈ, ਸਾਊਥ ਤੋਂ ਆ ਰਿਹਾ ਕੋਈ, ਈਸਟ ਸਾਈਡ ਤੋਂ ਆ ਰਿਹਾ ਹੈਗਾ, ਉਸ 'ਚ ਫਿਰ ਉਹ ਓਨੀ ਪਰਵਾਹ ਨਹੀਂ ਮਾਰਦੇ। ਜੇ ਇੱਕ ਦੋ ਬੰਦਿਆਂ ਨੂੰ ਕੰਪਲੇਂਟ ਵੀ ਹੋਊਗੀ, ਠੀਕ ਹੈ, ਫਿਰ ਉਹ ਕਹਿੰਦੇ ਯਾਰ ਕੋਈ ਗੱਲ ਨਹੀਂ, ਤੇਰੇ ਵਰਗਾ 3600 ਤੁਰੇ ਫਿਰਦੇ ਆ। ਛੋਟੇ ਏਰੀਏ ਦੇ ਵਿੱਚ ਉਹੀ ਲਿਮਿਟਿਡ ਪਾਪੂਲੇਸ਼ਨ ਹੈ, ਲਿਮਿਟਿਡ ਲੋਕ ਹੈ, ਠੀਕ ਹੈ, ਮੈਸੇਜ ਚੰਗਾ ਵੀ ਬਹੁਤ ਜਲਦੀ ਜਾਂਦਾ, ਮਾੜਾ ਵੀ ਬਹੁਤ ਜਲਦੀ ਜਾਂਦਾ, ਤਾਂ ਗਲਤ ਗਾਈਡ ਕਰਕੇ ਕੀ ਕਰਨਾ ਕਿਸੇ ਨੇ? ਸਹੀ, ਅਤੇ ਸਰ ਬਹੁਤ ਵਧੀਆ ਤੁਸੀਂ ਅੱਜ ਜਾਣਕਾਰੀ ਦਿੱਤੀ, ਅਤੇ ਮੈਨੂੰ ਲੱਗਦਾ ਕਿ ਜਿਹੜੇ ਵੀ ਬੰਦੇ ਇਹ ਟ੍ਰਾਂਸਪਲਾਂਟ ਕਰਾਉਣਾ ਚਾਹੁੰਦੇ ਆ, ਉਹਨਾਂ ਸਾਰਿਆਂ ਨੂੰ ਮਤਲਬ ਜਿਹੜਾ ਜਿਹੜਾ ਉਹਨਾਂ ਦੇ ਦਿਮਾਗ 'ਚ ਕੁਐਸਚਨ ਹੁੰਦਾ ਨਾ, ਉਹ ਜਵਾਬ ਇਸ ਵੀਡੀਓ 'ਚ ਰਾਹੀਂ ਮਿਲ ਜੂਗਾ। ਅਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਵੀ, ਅਤੇ ਹੋਰ ਕੁਛ ਕਹਿਣਾ ਚਾਹੁੰਦੇ ਹਾਂ? ਰੱਬ ਰਾਖਾ, ਤੇ ਅੱਜ ਹੋ ਗਿਆ 15 ਦਿਨ, ਤੇ ਜਦੋਂ ਰਿਜ਼ਲਟ ਹੋਰ ਵਧੀਆ ਆ ਜਾਊਗਾ, ਤੇ ਫਿਰ ਇੱਕ ਵਾਰੀ ਤੁਹਾਨੂੰ ਸਰ ਦੇ ਨਾਲ ਮਿਲਾਵਾਂਗੇ। ਠੀਕ ਹੈ ਸਰ, ਓਕੇ ਜੀ।